ਤੁਸੀਂ ਸੁਣ ਰਹੇ ਹੋ ਭੁਪਿੰਦਰ ਸਿੰਘ ਰੈਣਾ ਦੇ ਲਿਖੇ ਹੋਏ ਨੋਵਲ ਬੇਨਾਮ ਰਿਸ਼ਤੇ ਦੀ 6ਵੀਂ ਕਿਸ਼ਤ ਤੇ ਕੜੀ ਜੋੜਨ ਵਾਸਤੇ ਪਹਿਲੀਆਂ 5 ਕਿਸ਼ਤਾਂ ਵੀ ਜ਼ਰੂਰ ਸੁਣੋ। ਬਬਲੂ ਤੇ ਪ੍ਰੀਤੀ ਦੀ ਸਹਿਮਤੀ ਬਾਅਦ ਉਹਨਾਂ ਨੂੰ ਕਿਤੇ ਵਸਾਉਣ ਦਾ ਉਪਰਾਲਾ ਕੀਤਾ ਗਿਆ। ਜਦ ਤੱਕ ਕੋਈ ਪ੍ਰਬੰਧ ਨਹੀਂ ਹੁੰਦਾ ਬਲਬੀਰ ਨੂੰ ਕਿਹਾ ਕਿ ਆਪਣੇ ਘਰ ਚਲਾ ਜਾਵੇ, ਦੁਕਾਨ ਬੰਦ ਕਰ ਦੇਵੇ ਤੇ ਹਿਸਾਬ ਕਿਤਾਬ ਬਰਾਬਰ ਕਰਕੇ ਅੱਗੋਂ ਕਿਵੇਂ ਕਰਨਾ ਹੈ ਉਸ ਬਾਰੇ ਸੋਚ ਵਿਚਾਰ ਕਰੇ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਨੇ ਬਲਬੀਰ ਨੂੰ ਉਰਫ ਬਬਲੂ ਨੂੰ ਕੋਲ ਬੁਲਾ ਕੇ ਕਿਹਾ ਕਿ ਬੇਟਾ, ਬਾਰਾਮੂਲੇ ਵਾਲੀ ਦੁਕਾਨ ਬੰਦ ਕਰਕੇ ਜੋ ਹਿਸਾਬ ਕਿਤਾਬ ਲੈਣ ਦੇਣ ਹੈ ਸਭ ਸਮੇਟ ਲਾ, ਕੁਝ ਮਦਦ ਦੀ ਲੋੜ ਹੋਏਗੀ ਤਾਂ ਕਰ ਦੇਵਾਂਗੇ, ਤੈਨੂੰ ਨੰਦੇੜ ਸਾਹਿਬ ਭੇਜ ਦਿਆਂਗੇ, ਉੱਥੇ ਪਤਨੀ ਨਾਲ ਰਹਿ ਕੇ ਸੇਵਾ ਕਰ ਮਹਾਰਾਜ ਦੀ ਤੇ ਅੱਗੋਂ ਵਾਹਿਗੁਰੂ ਜੀ ਸਭ ਠੀਕ ਕਰਨਗੇ। ਜਦ ਤੱਕ ਤੇਰੇ ਜਾਣ ਦਾ ਪ੍ਰਬੰਧ ਨਹੀਂ ਹੁੰਦਾ ਤੂੰ ਆਪਣੇ ਘਰ ਚਲਾ ਜਾ, ਘਰ ਵਾਲੀ ਨੂੰ ਲੈ ਕੇ, ਉਹੀ ਠੀਕ ਰਹੇਗਾ, ਲੋਕਾਂ ਦੀਆਂ ਨਜ਼ਰਾਂ ਤੋਂ ਤੇ ਗੱਲਾਂ ਤੋਂ ਵੀ ਬਚਿਆ ਰਹੇਗਾ। ਪਰ ਪ੍ਰਧਾਨ ਸਾਹਿਬ, ਮੈਨੂੰ ਤੇ ਮੇਰੇ ਪਿਤਾ ਨੇ ਘਰ ਨਹੀਂ ਵੜਨ ਦੇਣਾ, ਉਹ ਪਹਿਲੇ ਵੀ ਇਸ ਵਿਆਹ ਦੇ ਹੱਕ ਵਿੱਚ ਨਹੀਂ ਸਨ, ਉਹਨਾਂ ਨੇ ਬੜਾ ਵਿਰੋਧ ਕੀਤਾ ਸੀ, ਮਸਾਂ ਹੀ ਮੇਰੀ ਭੂਆ ਨੇ ਵਾਸਤਾ ਦੇ ਕੇ ਉਹਨਾਂ ਨੂੰ ਮਨਾਇਆ ਸੀ, ਉਹ ਮੇਰੀ ਸੂਰਤ ਵੀ ਨਹੀਂ ਵੇਖਣਗੇ, ਮੇਰੀ ਘਰ ਵਾਲੀ ਨੂੰ ਘਰ ਨਹੀਂ ਵੜਨ ਦੇਣਗੇ, ਬਲਬੀਰ ਨੇ ਬੇਨਤੀ ਕੀਤੀ। ਕੋਈ ਗੱਲ ਨਹੀਂ, ਮੈਂ ਤੇਰੇ ਨਾਲ ਜਾਵਾਂਗਾ, ਤੇਰੇ ਪਿਤਾ ਨੂੰ ਸਮਝਾਵਾਂਗਾ, ਕੁਝ ਦਿਨਾਂ ਦੀ ਗੱਲ ਆ, ਤੇਰੇ ਜਾਣ ਦਾ ਪ੍ਰਬੰਧ ਹੋ ਜਾਵੇਗਾ, ਤੂੰ ਪਹਿਲੇ ਜਾ ਕੇ ਆਪਣੀ ਦੁਕਾਨ ਦਾ ਹਿਸਾਬ ਕਰ ਤੇ ਤਦ ਤੱਕ ਤੇਰੀ ਘਰ ਵਾਲੀ ਆਪਣੇ ਘਰ ਰਹੇਗੀ, ਅਸੀਂ ਉਸਦੀ ਮਾਂ ਤੇ ਭਰਾਵਾਂ ਨਾਲ ਗੱਲ ਕਰ ਲਈ ਹੈ ਤੇ ਉਹ ਮੰਨ ਵੀ ਗਏ ਹਨ। ਬਲਬੀਰ ਨੂੰ ਤਸੱਲੀ ਹੋਈ ਤੇ ਉਹ ਪ੍ਰਧਾਨ ਜੀ ਤੇ ਭਰੋਸਾ ਕਰਕੇ ਉੱਥੋਂ ਚਲਾ ਗਿਆ। ਬਾਰਾਮੂਲੇ ਜਾ ਕੇ ਉਸਨੇ ਦੁਕਾਨ ਖੋਲ੍ਹੀ, ਲੈਣ ਦੇਣ ਦਾ ਹਿਸਾਬ ਕਰਨ ਵਿੱਚ 15-20 ਦਿਨ ਲੱਗ ਗਏ, ਕੁਝ 5-7 ਹਜ਼ਾਰ ਦਾ ਘਾਟਾ ਸੀ ਉਹ ਮਦਦ ਕਮੇਟੀ ਨੇ ਕਰ ਦਿੱਤੀ ਤੇ ਕਾਰੋਬਾਰ ਤੋਂ ਸੁਰਖਰੂ ਹੋ ਗਿਆ। ਹੁਣ ਆਪਣੇ ਘਰ ਜਾਣ ਦਾ ਮਸਲਾ ਸੀ ਜਿਹੜਾ ਬਹੁਤ ਕਠਿਨ ਤੇ ਪੇਚੀਦਾ ਸੀ, ਕੀ ਮੂੰਹ ਲੈ ਕੇ ਘਰ ਜਾਵੇ, ਕਿਵੇਂ ਪਿਤਾ ਦਾ ਸਾਹਮਣਾ ਕਰੇ, ਕਿਵੇਂ ਆਪਣੀ ਪਤਨੀ ਨੂੰ ਉੱਥੇ ਰੱਖੇ, ਇਸ ਵਿਚਾਰ ਨੇ ਉਸਨੂੰ ਬਹੁਤ ਪਰੇਸ਼ਾਨ ਕੀਤਾ ਹੋਇਆ ਸੀ। ਖੈਰ, ਪ੍ਰਧਾਨ ਜੀ ਕੁਝ ਦਿਨਾਂ ਮਗਰੋਂ ਬਲਬੀਰ ਤੇ ਪ੍ਰੀਤੀ ਨੂੰ ਆਪਣੀ ਅੰਬੈਸਡਰ ਕਾਰ ਵਿੱਚ ਲੈ ਕੇ ਗਏ, ਜੋ ਥੋੜੇ ਬਹੁਤੇ ਕੱਪੜੇ ਬਾਰਾਮੂਲੇ ਪਏ ਸਨ ਉਹ ਵੀ ਨਾਲ ਲੈ ਗਏ। ਬਾਰਾਮੂਲੇ ਤੋਂ ਕੋਈ 15-20 ਕਿਲੋਮੀਟਰ ਦੂਰ ਪਿੰਡ ਸੀ, ਉੱਥੇ ਪਹੁੰਚ ਗਏ। ਬਲਬੀਰ ਨੂੰ ਪਤਨੀ ਨਾਲ ਵੇਖਦਿਆਂ ਹੀ ਉਸਦਾ ਪਿਤਾ ਭੜਕ ਪਿਆ, ਗੁੱਸੇ ਨਾਲ ਲਾਲ ਪੀਲਾ ਹੋ ਗਿਆ ਤੇ ਮਕਾਨ ਦਾ ਦਰਵਾਜ਼ਾ ਬੰਦ ਕਰ ਦਿੱਤਾ। ਪ੍ਰਧਾਨ ਜੀ ਨੇ ਬੂਹਾ ਖੜਕਾਇਆ, ਆਪਣਾ ਪਰਿਚੇ ਦਿੱਤਾ ਤੇ ਸ਼ੋਰ ਸ਼ਰਾਬਾ ਕਰਨ ਤੋਂ ਰੋਕਿਆ। ਪ੍ਰਧਾਨ ਜੀ ਚੰਗੇ ਤਕੜੇ ਸੇਵਾਦਾਰ ਨੂੰ ਨਾਲ ਲੈ ਕੇ ਗਏ ਸਨ, ਸਾਰੇ ਬਾਹਰ ਹੀ ਇੱਕ ਮੇਜ਼ ਪੋਚ ਤੇ ਬੈਠ ਗਏ। ਕੁਝ ਸਮੇਂ ਪਿੱਛੋਂ ਉਸਦੇ ਪਿਤਾ ਨੇ ਬੂਹਾ ਖੋਲਿਆ ਤੇ ਬਾਹਰ ਆਇਆ। ਤੁਸੀਂ ਪ੍ਰਧਾਨ ਹੋ, ਤੁਹਾਨੂੰ ਪਤਾ ਨਹੀਂ ਇਸਨੇ ਕੀ ਕੀਤਾ? ਛੋਟੀ ਮੋਟੀ ਗਲਤੀ ਹੋ ਜਾਂਦੀ ਹੈ ਬੱਚਿਆਂ ਕੋਲੋਂ, ਇੰਨਾ ਗੁੱਸਾ ਨਹੀਂ ਕਰਨਾ ਚਾਹੀਦਾ, ਪ੍ਰਧਾਨ ਜੀ ਬੋਲੇ। ਛੋਟੀ ਮੋਟੀ ਗਲਤੀ? ਇਹ ਛੋਟੀ ਮੋਟੀ ਗਲਤੀ ਹੈ, ਇਸਨੇ ਮੇਰੇ ਪਿਓ ਦਾਦੇ ਦੀ ਇੱਜ਼ਤ ਮਿੱਟੀ 'ਚ ਮਿਲਾ ਦਿੱਤੀ। ਮੈਂ ਵਸਦਾ ਰਸਦਾ ਰਸੂਖ ਵਾਲਾ ਬੰਦਾ ਹਾਂ, ਸਾਰੇ ਇਲਾਕੇ ਵਿੱਚ ਮੰਨਿਆ ਹੋਇਆ ਜ਼ਿਮੀਦਾਰ ਹਾਂ, ਪਰ ਇਸਨੇ ਇੱਕ ਵਾਰੀ ਵੀ ਇਹ ਨਹੀਂ ਸੋਚਿਆ ਕਿ ਕੀ ਕਾਰਨਾਮਾ ਕਰਨ ਲੱਗਾ ਹਾਂ। ਇਹ ਕੁੜੀ ਪਹਿਲੇ ਮੁਸਲਮਾਨ ਕੋਲੋਂ ਲਿਆਂਦੀ, ਲੱਖ ਮਨਾ ਕਰਨ ਤੋਂ ਵੀ ਨਹੀਂ ਮੰਨਿਆ। ਮੈਂ ਭਾਵੇਂ ਇਹਦੇ ਡੇਰੇ ਤੇ ਕਦੀ ਨਹੀਂ ਗਿਆ, ਪਰ ਇਹਨੂੰ ਹਰ ਮਹੀਨੇ ਖਰਚਾ ਭੇਜਦਾ ਰਿਹਾ, ਘਰ ਦਾ ਅਨਾਜ ਭੇਜਦਾ ਰਿਹਾ, ਇਹ ਸੋਚ ਕੇ ਕਿ ਇਸਨੇ ਆਪਣੀ ਮਰਜ਼ੀ ਤਾਂ ਕਰ ਲਈ ਆ ਪਰ ਕੁੜੀ ਖਰਚੇ ਤੋਂ ਤੰਗ ਨਾ ਹੋਵੇ। ਪਰ ਇਸਨੇ ਫਿਰ ਚੰਨ ਚੜਾ ਦਿੱਤਾ, ਫਿਰ ਉਸੇ ਮੁੰਡੇ ਕੋਲ ਭੱਜ ਗਈ। ਕਿਤਨਾ ਜ਼ਲੀਲ ਤੇ ਸ਼ਰਮਸਾਰ ਕੀਤਾ ਹੈ ਇਹਨਾਂ ਨੇ, ਤੇ ਹੁਣ ਫਿਰ ਤੁਸੀਂ ਇਸ ਨੂੰ ਚੁੱਕ ਲਿਆਇਓ। ਮੈਂ ਇਸ ਨੂੰ ਘਰ ਨਹੀਂ ਰੱਖਣਾ, ਇਹ ਇੱਥੇ ਨਹੀਂ ਰਹਿ ਸਕਦੇ, ਲੈ ਜਾਓ ਇਹਨਾਂ ਨੂੰ ਨਾਲ ਤੇ ਕਿਤੇ ਦਰਿਆ ਵਿੱਚ ਧੱਕਾ ਮਾਰ ਦਿਓ ਜਾਂ ਆਪੇ ਸਾਂਭ ਲਵੋ, ਬਲਬੀਰ ਦੇ ਪਿਤਾ ਨੇ ਹੱਥ ਜੋੜ ਕੇ ਕਿਹਾ। ਸਰਦਾਰ ਸਾਹਿਬ,
मैं तुहाड़ी आत्मा दे दुख नूं समझदा हां। तुसीं बिल्कुल सही कह रहे हो, इह सब तकदीर विच लिखिआ सी, वाहिगुरू दी मर्जी सी, सो हो गई। हुण अगे दा समां संभालणा है, तुहाडा अपना बेटा है, इस नूं माफ कर दिओ। किवें माफ कर देवां प्रधान साहिब, मैं इस वास्ते की नहीं कीता, बहुत छोटा सी, सिर्फ 4 साल दा सी, इसदी मां मर गई सी। मैं भी जवान सां, दूजी औरत घर लियांदी, मतरेई सी, उसने मतरेयापन रज के निभाया, इसदी परवाह नहीं कीती, इस नाल वितकरा करती रही, ताने मारती रही, इसनू मैं किवें पालिया वाहिगुरू जानता है। मैं इस सोच के व्याह कीता सी कि मेरा पुत्र ना रुल जाए, इसदी ठीक तरह परवरिश होवे, आपे पालिया, आपे इसलिए रोटी बनाई, नवाया धोया, इसके कपड़े धोते, अपने सीने नाल ला के इसकी परवरिश की, किसी चीज की कमी नहीं होन दिती। कि ये दिन वेखण वास्ते मेरे प्यार दा इसने ये सिला दिता। बलबीर दे पिता दियां अखां नम हो गई, गुस्सा शांत हो गया, ते उन्हां नूं घर दे अंदर आउण वास्ते कहा। अंदर बैठ के प्रधान जी ने कहा, मैं सब समझदा हाँ, तुसीं मां दी ममता ते पिता दा प्यार अपने बेटे नूं दित्ता, इहदे पालण पोषण विच कोई कमी नहीं रखी, पर इह सब नसीब दा खेड है। तुसीं फिकर ना करो, इस दे नंदेड़ साहिब दे जाण दा प्रबंध हो गया है, सिर्फ उत्थों सद्दा आउण दी उडीक है, इहनां नूं उत्थे भेज देंगे, उत्थे ही कुछ साल रहण जद तक माहौल ठीक नहीं हो जाता। इस वारदात नूं बच्ची भी भुल जाएगी ते नवें तो जीवन शुरू कर लैणगे, ते फिर वापस इत्थे तुहाडे कोल ही आ जाणगे। ठीक है, पर तद तक मैं किहड़ा इत्थे टिके रहना है? बाप नूं पुत्तर दे बच्चियां दी आस हुंदी है, तां जो बुढ़ापे विच उहनां नाल हस खेड के जीवन बिता लैण। चलो, जो भागां विच होएगा उही मिलेगा। रह लैण मैं सहमत हाँ, कुछ वक्त दूर रहण कारण इस घटना नूं लड़की भुल जाएगी, अगर अपने सिदक ते कायम रहेगी। जो मदद मेरे कोलों हो सकेगी मैं भी करांगा। यह विश्वास लैके प्रधान जी बलबीर ते उसकी पत्नी नूं पिंड विच छड़ के आ गए। किहो जिहा रिश्ता बाप बेटे दा हुंदा है, बेटा किन्नियां भी भुल्लां क्यों ना कर लवे, पिता फिर गले ला लैंदा है। किन्नियां आसां ते उम्मीदां हुंदियां हन, बेटे तों एक वारस पैदा करेगा जिस नाल खानदान अगे वधेगा, प्यो दादे दी रीत अगे चलेगी। सुभा दा किन्ना भी सख्त पिता क्यों ना होवे, पर ए ममता दे वलवले अगे शांत हो जांदा है। औलाद ही उसदे जीवन दी धारा हुंदी है, जेड़ी उसदी जीवन दी नदी नूं अंत तक वहा के ले जांदी है। पिता दी अखां अगे कितने सुपने तरते रहिंदे हन अपने पोते पोतियां वास्ते, किन्ना सोचदा रहिंदा है उन्हां बच्चियां दे भविख वास्ते। जीवन दी ए निरंतर चाल है जिस ते सारा संसार चलता रहिंदा है। बेटे लई पिता दी छां भी उसदे हौसले नूं मजबूत ते जीवन दे सफर नूं निर्विघन अगे वधण लई जरूरी हुंदी है। कुदरत दा यही नियम है। यह वक्री गल है कि पुत्र अपनी मर्जी करके पिता दियां उम्मीदां नूं ना उम्मीद कर देंदे हन ते उसदे प्यार दे सोमे नूं सुका देंदे हन। फिर ऐसे पिता दा की हाल होएगा जिहदा इकलौता पुत्र होवे ते मां दी ममता तों बिना पिता ने उसदी परवरिश कीती होवे। तुसी सुन रहे हो भुपिंदर सिंह रैना दे लिखे हुए नॉवल बेनाम रिश्ते दी 6वीं किश्त, ते कड़ी जोड़न वास्ते पहलियां 5 किश्तां भी जरूर सुनो। बबलू ते प्रीति दी सहमति बाद उन्हां नूं किते वसाउण दा उपराला कीता गया। जद तक कोई प्रबंध नहीं हुंदा, बलबीर नूं कहा कि अपने घर चला जावे, दुकान बंद कर देवे, हिसाब किताब बराबर करके अगों किवें करना है उस बारे सोच विचार करे। गुरुद्वारा साहिब दे प्रधान जी ने बलबीर नूं उर्फ बबलू नूं
ਕੋਲ ਬੁਲਾ ਕੇ ਕਿਹਾ ਕਿ ਬੇਟਾ, ਬਾਰਾਮੂਲੇ ਵਾਲੀ ਦੁਕਾਨ ਬੰਦ ਕਰਕੇ ਜੋ ਹਿਸਾਬ ਕਿਤਾਬ ਲੈਣ ਦੇਣ ਹੈ ਸਭ ਸਮੇਟ ਲਾ, ਕੁਝ ਮਦਦ ਦੀ ਲੋੜ ਹੋਏਗੀ ਤਾਂ ਕਰ ਦੇਵਾਂਗੇ, ਤੈਨੂੰ ਨੰਦੇੜ ਸਾਹਿਬ ਭੇਜ ਦਿਆਂਗੇ। ਉੱਥੇ ਪਤਨੀ ਨਾਲ ਰਹਿ ਕੇ ਸੇਵਾ ਕਰ ਮਹਾਰਾਜ ਦੀ, ਤੇ ਅੱਗੋਂ ਵਾਹਿਗੁਰੂ ਜੀ ਸਭ ਠੀਕ ਕਰਨਗੇ। ਜਦ ਤੱਕ ਤੇਰੇ ਜਾਣ ਦਾ ਪ੍ਰਬੰਧ ਨਹੀਂ ਹੁੰਦਾ ਤੂੰ ਆਪਣੇ ਘਰ ਚਲਾ ਜਾ, ਘਰਵਾਲੀ ਨੂੰ ਲੈ ਕੇ, ਉਹੀ ਠੀਕ ਰਹੇਗਾ, ਲੋਕਾਂ ਦੀਆਂ ਨਜ਼ਰਾਂ ਤੋਂ ਤੇ ਗੱਲਾਂ ਤੋਂ ਵੀ ਬਚਿਆ ਰਹੇਗਾ। ਪਰ ਪ੍ਰਧਾਨ ਸਾਹਿਬ, ਮੈਨੂੰ ਤੇ ਮੇਰੇ ਪਿਤਾ ਨੇ ਘਰ ਨਹੀਂ ਵੜਨ ਦੇਣਾ, ਉਹ ਪਹਿਲੇ ਵੀ ਇਸ ਵਿਆਹ ਦੇ ਹੱਕ ਵਿੱਚ ਨਹੀਂ ਸਨ, ਉਹਨਾਂ ਨੇ ਬੜਾ ਵਿਰੋਧ ਕੀਤਾ ਸੀ, ਮਸਾਂ ਹੀ ਮੇਰੀ ਭੂਆ ਨੇ ਵਾਸਤਾ ਦੇ ਕੇ ਉਹਨਾਂ ਨੂੰ ਮਨਾਇਆ ਸੀ, ਉਹ ਮੇਰੀ ਸੂਰਤ ਵੀ ਨਹੀਂ ਵੇਖਣਗੇ, ਮੇਰੀ ਘਰਵਾਲੀ ਨੂੰ ਘਰ ਨਹੀਂ ਵੜਨ ਦੇਣਗੇ, ਬਲਬੀਰ ਨੇ ਬੇਨਤੀ ਕੀਤੀ। ਕੋਈ ਗੱਲ ਨਹੀਂ, ਮੈਂ ਤੇਰੇ ਨਾਲ ਜਾਵਾਂਗਾ, ਤੇਰੇ ਪਿਤਾ ਨੂੰ ਸਮਝਾਵਾਂਗਾ, ਕੁਝ ਦਿਨਾਂ ਦੀ ਗੱਲ ਆ, ਤੇਰੇ ਜਾਣ ਦਾ ਪ੍ਰਬੰਧ ਹੋ ਜਾਵੇਗਾ, ਤੂੰ ਪਹਿਲੇ ਜਾ ਕੇ ਆਪਣੀ ਦੁਕਾਨ ਦਾ ਹਿਸਾਬ ਕਰ, ਤੇ ਤਦ ਤੱਕ ਤੇਰੀ ਘਰਵਾਲੀ ਆਪਣੇ ਘਰ ਰਹੇਗੀ। ਅਸੀਂ ਉਸਦੀ ਮਾਂ ਤੇ ਭਰਾਵਾਂ ਨਾਲ ਗੱਲ ਕਰ ਲਈ ਹੈ ਤੇ ਉਹ ਮੰਨ ਵੀ ਗਏ ਹਨ। ਬਲਬੀਰ ਨੂੰ ਤਸੱਲੀ ਹੋਈ ਤੇ ਉਹ ਪ੍ਰਧਾਨ ਜੀ ਤੇ ਭਰੋਸਾ ਕਰਕੇ ਉੱਥੋਂ ਚਲਾ ਗਿਆ। ਬਾਰਾਮੂਲੇ ਜਾ ਕੇ ਉਸਨੇ ਦੁਕਾਨ ਖੋਲ੍ਹੀ, ਲੈਣ ਦੇਣ ਦਾ ਹਿਸਾਬ ਕਰਨ ਵਿੱਚ 15-20 ਦਿਨ ਲੱਗ ਗਏ, ਕੁਝ 5-7 ਹਜ਼ਾਰ ਦਾ ਘਾਟਾ ਸੀ ਉਹ ਮਦਦ ਕਮੇਟੀ ਨੇ ਕਰ ਦਿੱਤੀ ਤੇ ਕਾਰੋਬਾਰ ਤੋਂ ਸੁਰਖਰੂ ਹੋ ਗਿਆ। ਹੁਣ ਆਪਣੇ ਘਰ ਜਾਣ ਦਾ ਮਸਲਾ ਸੀ ਜਿਹੜਾ ਬਹੁਤ ਕਠਿਨ ਤੇ ਪੇਚੀਦਾ ਸੀ। ਕੀ ਮੂੰਹ ਲੈ ਕੇ ਘਰ ਜਾਵੇ, ਕਿਵੇਂ ਪਿਤਾ ਦਾ ਸਾਹਮਣਾ ਕਰੇ, ਕਿਵੇਂ ਆਪਣੀ ਪਤਨੀ ਨੂੰ ਉੱਥੇ ਰੱਖੇ, ਇਸ ਵਿਚਾਰ ਨੇ ਉਸਨੂੰ ਬਹੁਤ ਪਰੇਸ਼ਾਨ ਕੀਤਾ ਹੋਇਆ ਸੀ। ਖੈਰ, ਪ੍ਰਧਾਨ ਜੀ ਕੁਝ ਦਿਨਾਂ ਮਗਰੋਂ ਬਲਬੀਰ ਤੇ ਪ੍ਰੀਤੀ ਨੂੰ ਆਪਣੀ ਅੰਬੈਸਡਰ ਕਾਰ ਵਿੱਚ ਲੈ ਕੇ ਗਏ, ਜੋ ਥੋੜੇ ਬਹੁਤੇ ਕੱਪੜੇ ਬਾਰਾਮੂਲੇ ਪਏ ਸਨ ਉਹ ਵੀ ਨਾਲ ਲੈ ਗਏ। ਬਾਰਾਮੂਲੇ ਤੋਂ ਕੋਈ 15-20 ਕਿਲੋਮੀਟਰ ਦੂਰ ਪਿੰਡ ਸੀ, ਉੱਥੇ ਪਹੁੰਚ ਗਏ। ਬਲਬੀਰ ਨੂੰ ਪਤਨੀ ਨਾਲ ਵੇਖਦਿਆਂ ਹੀ ਉਸਦਾ ਪਿਤਾ ਭੜਕ ਪਿਆ, ਗੁੱਸੇ ਨਾਲ ਲਾਲ ਪੀਲਾ ਹੋ ਗਿਆ ਤੇ ਮਕਾਨ ਦਾ ਦਰਵਾਜ਼ਾ ਬੰਦ ਕਰ ਦਿੱਤਾ। ਪ੍ਰਧਾਨ ਜੀ ਨੇ ਬੂਹਾ ਖੜਕਾਇਆ, ਆਪਣਾ ਪਰਿਚੇ ਦਿੱਤਾ ਤੇ ਸ਼ੋਰ ਸ਼ਰਾਬਾ ਕਰਨ ਤੋਂ ਰੋਕਿਆ। ਪ੍ਰਧਾਨ ਜੀ ਚੰਗੇ ਤਕੜੇ ਸੇਵਾਦਾਰ ਨੂੰ ਨਾਲ ਲੈ ਕੇ ਗਏ ਸਨ। ਸਾਰੇ ਬਾਹਰ ਹੀ ਇੱਕ ਮੇਜ਼ਪੋਸ਼ ਤੇ ਬੈਠ ਗਏ। ਕੁਝ ਸਮੇਂ ਪਿੱਛੋਂ ਉਸਦੇ ਪਿਤਾ ਨੇ ਬੂਹਾ ਖੋਲਿਆ ਤੇ ਬਾਹਰ ਆਇਆ। ਤੁਸੀਂ ਪ੍ਰਧਾਨ ਹੋ, ਤੁਹਾਨੂੰ ਪਤਾ ਨਹੀਂ ਇਸਨੇ ਕੀ ਕੀਤਾ? ਛੋਟੀ ਮੋਟੀ ਗਲਤੀ ਹੋ ਜਾਂਦੀ ਹੈ ਬੱਚਿਆਂ ਕੋਲੋਂ, ਇੰਨਾ ਗੁੱਸਾ ਨਹੀਂ ਕਰਨਾ ਚਾਹੀਦਾ, ਪ੍ਰਧਾਨ ਜੀ ਬੋਲੇ। ਛੋਟੀ ਮੋਟੀ ਗਲਤੀ? ਇਹ ਛੋਟੀ ਮੋਟੀ ਗਲਤੀ ਹੈ, ਇਸਨੇ ਮੇਰੇ ਪਿਓ ਦਾਦੇ ਦੀ ਇੱਜ਼ਤ ਮਿੱਟੀ ਚ ਮਿਲਾ ਦਿੱਤੀ। ਮੈਂ ਵਸਦਾ ਰਸਦਾ ਰਸੂਖ ਵਾਲਾ ਬੰਦਾ ਹਾਂ, ਸਾਰੇ ਇਲਾਕੇ ਵਿੱਚ ਮੰਨਿਆ ਹੋਇਆ ਜ਼ਿਮੀਦਾਰ ਹਾਂ, ਪਰ ਇਸਨੇ ਇੱਕ ਵਾਰੀ ਵੀ ਇਹ ਨਹੀਂ ਸੋਚਿਆ ਕਿ ਕੀ ਕਾਰਨਾਮਾ ਕਰਨ ਲੱਗਾ ਹਾਂ। ਇਹ ਕੁੜੀ ਪਹਿਲੇ ਮੁਸਲਮਾਨ ਕੋਲੋਂ ਲਿਆਂਦੀ, ਲੱਖ ਮਨਾ ਕਰਨ ਤੋਂ ਵੀ ਨਹੀਂ ਮੰਨਿਆ। ਮੈਂ ਭਾਵੇਂ ਇਹਦੇ ਡੇਰੇ ਤੇ ਕਦੀ ਨਹੀਂ ਗਿਆ, ਪਰ ਇਹਨੂੰ ਹਰ ਮਹੀਨੇ ਖਰਚਾ ਭੇਜਦਾ ਰਿਹਾ, ਘਰ ਦਾ ਅਨਾਜ ਭੇਜਦਾ ਰਿਹਾ, ਇਹ ਸੋਚ ਕੇ ਕਿ ਇਸਨੇ ਆਪਣੀ ਮਰਜ਼ੀ ਤਾਂ ਕਰ ਲਈ ਆ, ਪਰ ਕੁੜੀ ਖਰਚੇ ਤੋਂ ਤੰਗ ਨਾ ਹੋਵੇ। ਪਰ ਇਸਨੇ ਫਿਰ ਚੰਨ ਚੜਾ ਦਿੱਤਾ, ਫਿਰ ਉਸੇ ਮੁੰਡੇ ਕੋਲ ਭੱਜ ਗਈ। ਕਿਤਨਾ ਜ਼ਲੀਲ ਤੇ ਸ਼ਰਮਸਾਰ ਕੀਤਾ ਹੈ ਇਹਨਾਂ ਨੇ, ਤੇ ਹੁਣ ਫਿਰ ਤੁਸੀਂ ਇਸ ਨੂੰ ਚੁੱਕ ਲਿਆਇਓ। ਮੈਂ ਇਸ ਨੂੰ ਘਰ ਨਹੀਂ ਰੱਖਣਾ, ਇਹ ਇੱਥੇ ਨਹੀਂ ਰਹਿ ਸਕਦੇ, ਲੈ ਜਾਓ ਇਹਨਾਂ ਨੂੰ ਨਾਲ ਤੇ ਕਿਤੇ ਦਰਿਆ ਵਿੱਚ ਧੱਕਾ ਮਾਰ ਦਿਓ ਜਾਂ ਆਪੇ ਸਾਂਭ ਲਵੋ, ਬਲਬੀਰ ਦੇ ਪਿਤਾ ਨੇ ਹੱਥ ਜੋੜ ਕੇ ਕਿਹਾ। ਸਰਦਾਰ ਸਾਹਿਬ, ਮੈਂ ਤੁਹਾਡੀ ਆਤਮਾ ਦੇ ਦੁੱਖ ਨੂੰ ਸਮਝਦਾ ਹਾਂ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਇਹ ਸਭ ਤਕਦੀਰ ਵਿੱਚ ਲਿਖਿਆ ਸੀ, ਵਾਹਿਗੁਰੂ ਦੀ ਮਰਜ਼ੀ ਸੀ, ਸੋ ਹੋ ਗਈ। ਹੁਣ ਅੱਗੇ ਦਾ ਸਮਾਂ ਸੰਭਾਲਣਾ ਹੈ, ਤੁਹਾਡਾ ਆਪਣਾ ਬੇਟਾ ਹੈ, ਇਸਨੂੰ ਮਾਫ ਕਰ ਦਿਓ। ਕਿਵੇਂ ਮਾਫ ਕਰ ਦਵਾਂ ਪ੍ਰਧਾਨ ਸਾਹਿਬ, ਮੈਂ ਇਸ ਵਾਸਤੇ ਕੀ ਨਹੀਂ ਕੀਤਾ, ਬਹੁਤ ਛੋਟਾ ਸੀ, ਸਿਰਫ 4 ਸਾਲ ਦਾ ਸੀ, ਇਸਦੀ ਮਾਂ ਮਰ ਗਈ ਸੀ, ਮੈਂ ਵੀ ਜਵਾਨ ਸਾਂ, ਦੂਜੀ ਔਰਤ ਘਰ ਲਿਆਂਦੀ, ਮਤਰੇਈ ਸੀ, ਉਸਨੇ ਮਤਰੇਆਪਨ ਰੱਜ ਕੇ ਨਿਭਾਇਆ, ਇਸਦੀ ਪਰਵਾਹ ਨਹੀਂ ਕੀਤੀ, ਇਸ ਨਾਲ
ਵਿਤਕਰਾ ਕਰਦੀ ਰਹੀ, ਤਾਨੇ ਮਾਰਦੀ ਰਹੀ। ਇਸ ਨੂੰ ਮੈਂ ਕਿਵੇਂ ਪਾਲਿਆ ਵਾਹਿਗੁਰੂ ਜਾਣਦਾ ਹੈ। ਮੈਂ ਇਹ ਸੋਚ ਕੇ ਵਿਆਹ ਕੀਤਾ ਸੀ ਕਿ ਮੇਰਾ ਪੁੱਤਰ ਨਾ ਰੁਲ ਜਾਏ, ਇਸ ਦੀ ਠੀਕ ਤਰ੍ਹਾਂ ਪਰਵਰਿਸ਼ ਹੋਵੇ। ਆਪੇ ਪਾਲਿਆ, ਆਪੇ ਇਸ ਲਈ ਰੋਟੀ ਬਣਾਈ, ਨਵਾਇਆ ਧੁਆਇਆ, ਇਸ ਦੇ ਕੱਪੜੇ ਧੋਤੇ, ਆਪਣੇ ਸੀਨੇ ਨਾਲ ਲਾ ਕੇ ਇਸ ਦੀ ਪਰਵਰਿਸ਼ ਕੀਤੀ। ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ। ਕਿ ਇਹ ਦਿਨ ਵੇਖਣ ਵਾਸਤੇ ਮੇਰੇ ਪਿਆਰ ਦਾ ਇਸ ਨੇ ਇਹ ਸਿਲਾ ਦਿੱਤਾ। ਬਲਬੀਰ ਦੇ ਪਿਤਾ ਦੀਆਂ ਅੱਖਾਂ ਨਮ ਹੋ ਗਈਆਂ, ਗੁੱਸਾ ਸ਼ਾਂਤ ਹੋ ਗਿਆ ਤੇ ਉਹਨਾਂ ਨੂੰ ਘਰ ਦੇ ਅੰਦਰ ਆਉਣ ਵਾਸਤੇ ਕਿਹਾ। ਅੰਦਰ ਬੈਠ ਕੇ ਪ੍ਰਧਾਨ ਜੀ ਨੇ ਕਿਹਾ, ਮੈਂ ਸਭ ਸਮਝਦਾ ਹਾਂ, ਤੁਸੀਂ ਮਾਂ ਦੀ ਮਮਤਾ ਤੇ ਪਿਤਾ ਦਾ ਪਿਆਰ ਆਪਣੇ ਬੇਟੇ ਨੂੰ ਦਿੱਤਾ, ਇਹਦੇ ਪਾਲਣ ਪੋਸਣ ਵਿੱਚ ਕੋਈ ਕਮੀ ਨਹੀਂ ਰੱਖੀ, ਪਰ ਇਹ ਸਭ ਨਸੀਬ ਦਾ ਖੇਡ ਹੈ। ਤੁਸੀਂ ਫਿਕਰ ਨਾ ਕਰੋ, ਇਸ ਦੇ ਨੰਦੇੜ ਸਾਹਿਬ ਦੇ ਜਾਣ ਦਾ ਪ੍ਰਬੰਧ ਹੋ ਗਿਆ ਹੈ, ਸਿਰਫ ਉੱਥੋਂ ਸੱਦਾ ਆਉਣ ਦੀ ਉਡੀਕ ਹੈ, ਇਹਨਾਂ ਨੂੰ ਉੱਥੇ ਭੇਜ ਦਿਆਂਗੇ, ਉੱਥੇ ਹੀ ਕੁਝ ਸਾਲ ਰਹਿਣ ਜਦ ਤੱਕ ਮਾਹੌਲ ਠੀਕ ਨਹੀਂ ਹੋ ਜਾਂਦਾ। ਇਸ ਵਾਰਦਾਤ ਨੂੰ ਬੱਚੀ ਵੀ ਭੁੱਲ ਜਾਵੇਗੀ ਤੇ ਨਵੇਂ ਤੋਂ ਜੀਵਨ ਸ਼ੁਰੂ ਕਰ ਲੈਣਗੇ ਤੇ ਫਿਰ ਵਾਪਸ ਇੱਥੇ ਤੁਹਾਡੇ ਕੋਲ ਹੀ ਆ ਜਾਣਗੇ। ਠੀਕ ਹੈ, ਪਰ ਤਦ ਤੱਕ ਮੈਂ ਕਿਹੜਾ ਇੱਥੇ ਟਿਕੇ ਰਹਿਣਾ ਹੈ? ਬਾਪ ਨੂੰ ਪੁੱਤਰ ਦੇ ਬੱਚਿਆਂ ਦੀ ਆਸ ਹੁੰਦੀ ਹੈ ਤਾਂ ਜੋ ਬੁਢਾਪੇ ਵਿੱਚ ਉਹਨਾਂ ਨਾਲ ਹੱਸ ਖੇਡ ਕੇ ਜੀਵਨ ਬਿਤਾ ਲੈਣ। ਚਲੋ, ਜੋ ਭਾਗਾਂ ਵਿੱਚ ਹੋਏਗਾ ਉਹੀ ਮਿਲੇਗਾ। ਰਹਿ ਲੈਣ, ਮੈਂ ਸਹਿਮਤ ਹਾਂ, ਕੁਝ ਵਕਤ ਦੂਰ ਰਹਿਣ ਕਾਰਨ ਇਸ ਘਟਨਾ ਨੂੰ ਲੜਕੀ ਭੁੱਲ ਜਾਵੇਗੀ, ਅਗਰ ਆਪਣੇ ਸਿਦਕ ਤੇ ਕਾਇਮ ਰਹੇਗੀ। ਜੋ ਮਦਦ ਮੇਰੇ ਕੋਲੋਂ ਹੋ ਸਕੇਗੀ ਮੈਂ ਵੀ ਕਰਾਂਗਾ। ਇਹ ਵਿਸ਼ਵਾਸ ਲੈ ਕੇ ਪ੍ਰਧਾਨ ਜੀ ਬਲਬੀਰ ਤੇ ਉਸ ਦੀ ਪਤਨੀ ਨੂੰ ਪਿੰਡ ਵਿੱਚ ਛੱਡ ਕੇ ਆ ਗਏ। ਕਿਹੋ ਜਿਹਾ ਰਿਸ਼ਤਾ ਬਾਪ ਬੇਟੇ ਦਾ ਹੁੰਦਾ ਹੈ? ਬੇਟਾ ਕਿੰਨੀਆਂ ਵੀ ਭੁੱਲਾਂ ਕਿਉਂ ਨਾ ਕਰ ਲਵੇ, ਪਿਤਾ ਫਿਰ ਗਲੇ ਲਾ ਲੈਂਦਾ ਹੈ। ਕਿੰਨੀਆਂ ਆਸਾਂ ਤੇ ਉਮੀਦਾਂ ਹੁੰਦੀਆਂ ਹਨ ਬੇਟੇ ਤੋਂ। ਇੱਕ ਵਾਰਸ ਪੈਦਾ ਕਰੇਗਾ ਜਿਸ ਨਾਲ ਖਾਨਦਾਨ ਅੱਗੇ ਵਧੇਗਾ, ਪਿਓ ਦਾਦੇ ਦੀ ਰੀਤ ਅੱਗੇ ਚੱਲੇਗੀ। ਸੁਭਾਅ ਦਾ ਕਿੰਨਾ ਵੀ ਸਖਤ ਪਿਤਾ ਕਿਉਂ ਨਾ ਹੋਵੇ, ਪਰ ਇਹ ਮਮਤਾ ਦੇ ਵਲਵਲੇ ਅੱਗੇ ਸ਼ਾਂਤ ਹੋ ਜਾਂਦਾ ਹੈ। ਔਲਾਦ ਹੀ ਉਸਦੇ ਜੀਵਨ ਦੀ ਧਾਰਾ ਹੁੰਦੀ ਹੈ, ਜਿਹੜੀ ਉਸਦੀ ਜੀਵਨ ਦੀ ਨਦੀ ਨੂੰ ਅੰਤ ਤੱਕ ਵਹਾ ਕੇ ਲੈ ਜਾਂਦੀ ਹੈ। ਪਿਤਾ ਦੀ ਅੱਖਾਂ ਅੱਗੇ ਕਿਤਨੇ ਸੁਪਨੇ ਤਰਦੇ ਰਹਿੰਦੇ ਹਨ ਆਪਣੇ ਪੋਤੇ ਪੋਤੀਆਂ ਵਾਸਤੇ, ਕਿੰਨਾ ਸੋਚਦਾ ਰਹਿੰਦਾ ਹੈ ਉਹਨਾਂ ਬੱਚਿਆਂ ਦੇ ਭਵਿੱਖ ਵਾਸਤੇ। ਜੀਵਨ ਦੀ ਇਹ ਨਿਰੰਤਰ ਚਾਲ ਹੈ ਜਿਸ ਤੇ ਸਾਰਾ ਸੰਸਾਰ ਚੱਲਦਾ ਰਹਿੰਦਾ ਹੈ। ਬੇਟੇ ਲਈ ਪਿਤਾ ਦੀ ਛਾਂ ਵੀ ਉਸਦੇ ਹੌਸਲੇ ਨੂੰ ਮਜ਼ਬੂਤ ਤੇ ਜੀਵਨ ਦੇ ਸਫ਼ਰ ਨੂੰ ਨਿਰਵਿਘਨ ਅੱਗੇ ਵਧਣ ਲਈ ਜ਼ਰੂਰੀ ਹੁੰਦੀ ਹੈ। ਕੁਦਰਤ ਦਾ ਇਹੀ ਨਿਯਮ ਹੈ। ਇਹ ਵੱਖਰੀ ਗੱਲ ਹੈ ਕਿ ਪੁੱਤਰ ਆਪਣੀ ਮਰਜ਼ੀ ਕਰਕੇ ਪਿਤਾ ਦੀਆਂ ਉਮੀਦਾਂ ਨੂੰ ਨਾ ਉਮੀਦ ਕਰ ਦਿੰਦੇ ਹਨ ਤੇ ਉਸਦੇ ਪਿਆਰ ਦੇ ਸੋਮੇ ਨੂੰ ਸੁਕਾ ਦਿੰਦੇ ਹਨ। ਫਿਰ ਐਸੇ ਪਿਤਾ ਦਾ ਕੀ ਹਾਲ ਹੋਏਗਾ ਜਿਹਦਾ ਇਕਲੌਤਾ ਪੁੱਤਰ ਹੋਵੇ ਤੇ ਮਾਂ ਦੀ ਮਮਤਾ ਤੋਂ ਬਿਨਾਂ ਪਿਤਾ ਨੇ ਉਸਦੀ ਪਰਵਰਿਸ਼ ਕੀਤੀ ਹੋਵੇ।